ਟੀਟੂ ਬਾਣੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਅੱਜ ਲਾਈਵ ਹੋਣ ਦਾ ਮਕਸਦ ਆ ਵੀ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਵਾਂ ਵੀ ਮੈਂ ਕੋਈ ਜੱਜ ਦਾ ਹੈ ਨਹੀਂ ਗਾ ਤੇ ਜਿਹੜੇ ਸਾਡੇ ਰਾਜਨੇਤਾ ਸਾਡੇ ਵੀਰ ਨੇ ਗਾ ਜਿਨ੍ਹਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਆ ਜਾਂ ਬਲਾਤਕਾਰ ਦੇ ਦੋਸ਼ ਲੱਗਦੇ ਆ ਅਸੀਂ ਕਦੇ ਉਹਨਾਂ ਤੇ ਐਲੀਗੇਸ਼ਨ ਨਹੀਂ ਲਾਏ ਗਾ। ਉਹ ਜੱਜ ਦਾ ਯਾਨੀ ਫੈਸਲਾ ਹੁੰਦਾ ਵਾ ਵੀ ਉਹਨਾਂ ਨੇ ਆ ਗੁਨਾਹ ਕੀਤਾ ਜਾਂ ਨਹੀਂ ਕੀਤਾ ਤੇ ਅਸੀਂ ਲੰਮੇ ਸਮੇਂ ਤੋਂ ਮੈਂ ਦੇਖਦਾ ਆ ਰਿਹਾ ਵਾਂ ਵੀ ਜਿਨ੍ਹਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਆ ਜਾਂ ਬਲਾਤਕਾਰ ਦੇ ਦੋਸ਼ ਲੱਗਦੇ ਆ ਉਹ ਉਹਨਾਂ ਤੇ ਪਰਚੇ ਪੈਂਦੇ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਜਾਂਦਾ ਵਾ ਫਿਰ 7-7-8-8 ਮਹੀਨੇ ਜ਼ਮਾਨਤ ਨਹੀਂ ਮਿਲਦੀ ਨਾ ਤੇ ਫਿਰ ਜਦੋਂ ਉਹਨਾਂ ਨੂੰ ਜ਼ਮਾਨਤ ਮਿਲਦੀ ਆ ਤੇ ਢੋਲ ਵੱਜਦੇ ਹੁੰਦੇ ਆ ਐਸਤਬਾਜ਼ੀਆਂ ਯਾਨੀ ਚਲਾਉਂਦੇ ਨੇ ਯਾਨੀ ਭੰਗੜੇ ਪਾਉਂਦੇ ਆ ਲੱਡੂ ਵੰਡਦੇ ਆ ਤਾਂ ਮੈਂ ਤਾਂ ਰਾਜਨੇਤਾ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਤੇ ਉਹ ਆਖਦੇ ਆ ਵੀ ਸੱਚ ਦੀ ਜਿੱਤ ਹੋਈ ਗਾ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵਾਂ ਵੀ ਅਦਾਲਤਾਂ ਨੇ ਤੁਹਾਨੂੰ ਕਲੀਨ ਚਿੱਟ ਨਹੀਂ ਦਿੱਤੀ ਗਾ ਤੁਸੀਂ ਲੋਕਾਂ ਨੂੰ ਅਹਿਸਾਸ ਨਾ ਕਰਵਾਓ ਵੀ ਸਾਨੂੰ ਕਲੀਨ ਚਿੱਟ ਮਿਲ ਗਈ ਤੁਸੀਂ ਸਗਾਂ ਦੀ ਜਿਹੜੇ ਤੁਹਾਡੇ ਦੇ ਦੱਬੇ ਲੱਗੇ ਦਾਗ ਲੱਗੇ ਆ ਉਹਨੂੰ ਦੱਸੋ ਵੇਚ ਤਾਂ ਠੀਕ ਸੀਗੇ ਗਾ ਸਬੂਤ ਪੇਸ਼ ਕਰੋ ਅਦਾਲਤਾਂ ਦੇ ਵਿੱਚ ਜਿੱਦਣ ਤੁਹਾਨੂੰ ਕਲੀਨ ਚਿੱਟ ਦੇਵੇ ਚੱਜ ਉੱਦਣ ਭੰਗੜੇ ਵੀ ਪਾ ਲਿਓ ਢੋਲ ਵੀ ਵਜਾ ਲਿਓ ਲੱਡੂ ਵੀ ਵੰਡ ਲਿਓ ਜਦੋਂ ਜ਼ਮਾਨਤਾਂ ਮਿਲਦੀਆਂ ਹੁੰਦੀਆਂ ਨੇ ਤਾਂ ਟੀਟੂ ਬਾਣੀ ਤੱਕ ਬੇਨਤੀ ਕਰਦਾ ਵਾ ਵੀ ਨੀਵੀਂ ਜੀ ਪਾ ਕੇ ਅੰਦਰ ਨੂੰ ਹੋਲਿਆ ਕਰੂਗਾ ਇਹਦੇ ਨਾਲ ਪੂਰਾ ਜਲੂਸ ਨਿਕਲਦਾ ਵਾ ਕਰਾ ਨੀਵੀਂ ਪਾ ਕੇ ਅੰਦਰ ਹੋ ਗਏ ਵੀ 10 ਦਿਨਾਂ ਬਾਅਦ ਜੋ ਮਰਜ਼ੀ ਕਰ ਲਿਆ ਆ ਕੋਈ ਮੁੰਡਾ ਵਿਆਹ ਵਿਆਹ ਕੇ ਨਹੀਂ ਆਏ ਵੀ ਜਿਹੜਾ ਢੋਲ ਵਜਾਉਂਦੇ ਹੋ ਅਸ਼ਤਬਾਜ਼ੀ ਚਲਾ ਦਿੰਦੇ ਹੋ ਕਰਾ ਨਾ ਕੋਈ ਜੰਗ ਜਿੱਤ ਕੇ ਆਏ ਹੋ ਕਰਾ ਆਹ ਤੁਹਾਡੇ ਤੇ ਐਲੀਗੇਸ਼ਨ ਲੱਗੇ ਸੀਗੇ ਲਾਏ ਸੀਗੇ ਉਹ ਐਲੀਗੇਸ਼ਨ ਅਦਾਲਤਾਂ ਵਿੱਚ ਗਏ ਤੁਹਾਨੂੰ ਜ਼ਮਾਨਤ ਮਿਲ ਗਈ ਹੁਣ ਕੇਸ ਚੱਲੂਗਾ ਤੇ ਜਿੱਦਣ ਤੁਹਾਨੂੰ ਕਲੀਨ ਚਿੱਟ ਮਿਲੀ ਉੱਦਣ ਭੰਗੜੇ ਪਾ ਕੇ ਲੋਕਾਂ ਨੂੰ ਦੱਸਿਓ ਕਰਾ ਐਵੇਂ ਨਾ ਚੂਸ ਕੱਢੀ ਜਾਇਆ ਕਰਾ ਆਹ ਤਾਂ ਫੈਸ਼ਨ ਹੀ ਬਣ ਗਿਆ ਕਰਾ ਹੁਣ ਸਾਡੇ ਨਵਜੋਤ ਸਿੰਘ ਸਿੱਧੂ ਜੀ ਬਾਹਰ ਆਉਣਗੇ ਕਰਾ ਉਹ ਤਾਂ ਸਜ਼ਾ ਪੂਰੀ ਕਰਕੇ ਆਉਣਗੇ ਕਰਾ ਉਹ ਢੋਲ ਵੀ ਵਜਾ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਭਾਈ ਮੈਂ ਸਜ਼ਾ ਜਿਹੜੀ ਮੈਨੂੰ ਜੱਜਾਂ ਨੇ ਦਿੱਤੀ ਸੀਗੀ ਤੇ ਉਹ ਮੈਂ ਪੂਰੀ ਕਰਤੀ ਆ ਤੇ ਅੱਜ ਮੈਂ ਵੀ ਯਾਨੀ ਫਾਰਗਾ ਲੇਕਿਨ ਇੱਥੇ ਤਾਂ ਮੈਂ ਦੇਖਿਆ ਹੋਇਆ ਵਾ ਵੀ ਕਲੀਨ ਚਿੱਟਾਂ ਤਾਂ ਮਿਲੀਆਂ ਨਹੀਂ ਇਹਨਾਂ ਨੂੰ ਗਰਾ ਇੱਕ ਅਰਜੀ ਕੋਰਟ ਵਿੱਚ ਦਿੱਤੀ ਜਾਂਦੀ ਹੈ ਵੀ ਇਹਨਾਂ ਨੂੰ ਭਾਈ ਜ਼ਮਾਨਤ ਦਿੱਤੀ ਆ ਤੇ ਉਦੋਂ ਬਾਜੇ ਵਜਾਉਂਦੇ ਨੇ ਯਾਨੀ ਪੂਰਾ ਜਲੂਸ ਕੱਢਦੇ ਨੇ ਤੇ ਲੋਕੀ ਵੀ ਕਹਿੰਦੇ ਨੇ ਵੀ ਆ ਹੁੰਦਾ ਕੀ ਆ ਸਾਰੇ ਭੰਗੜੇ ਪਾਈ ਜਾਂਦੇ ਆ ਮੈਨੂੰ ਤਾਂ ਸਮਝ ਤੋਂ ਬਾਹਰ ਹੋਈ ਆ ਗੱਡੀ ਇਸ ਕਰਕੇ ਬੇਨਤੀ ਕਰਦੇ ਹਾਂ ਵੀ ਇਹੋ ਜਿਹਾ ਕੰਮ ਨਾ ਕਰਿਆ ਕਰੋ ਤੇ ਕਲੀਨ ਚਿੱਟਾ ਲੈ ਕੇ ਭੰਗੜੇ ਪਾਇਆ ਕਰੋ ਥੈਂਕ ਯੂ ਮਿਹਰਬਾਨੀ ਸ਼ੁਕਰੀਆ।